ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲੇ ਜਾਣ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਿੱਧੂ ਦੇ ਆਉਣ ਨਾਲ ਸਥਾਨਕ ਸਰਕਾਰਾਂ ਵਿਭਾਗ ਨੂੰ ਬਲ ਮਿਲਿਆ ਸੀ ਅਤੇ ਇਸ ਵਿਭਾਗ ਦੀ ਕਾਰਗੁਜ਼ਾਰੀ ਵੀ ਚੰਗੀ ਸੀ। ਬੈਂਸ ਨੇ ਕਿਹਾ ਕਿ ਸਿੱਧੂ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਗਿਆ। ਬੈਂਸ ਨੇ ਕਿਹਾ ਕਿ ਪੰਜਾਬ ਦੀ ਜਨਤਾ ਸੱਚ ਅਤੇ ਝੂਠ ਵਿੱਚ ਫਰਕ ਜਾਣਦੀ ਹੈ ਅਤੇ ਸਿੱਧੂ ਵੀ ਸੱਚ ਬੋਲਣ ਵਾਲਾ ਲੀਡਰ ਹੈ। ਉਹਨਾਂ ਕਿਹਾ ਕਿ ਜਿਹੜਾ ਲੁੱਟ ਖਸੁੱਟ ਦਾ ਕੰਮ ਬੀਤੇ 10 ਸਾਲਾਂ ਦੌਰਾਨ ਬਾਦਲ ਸਰਕਾਰ ਨੇ ਕੀਤਾ ਸੀ, ਹੁਣ ਉਹੀ ਕੈਪਟਨ ਸਰਕਾਰ ਵੱਲੋਂ ਕੀਤਾ ਜਾ ਰਿਹਾ। ਬੈਂਸ ਨੇ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੀ ਆਰਥਿਕਤਾ ਵੱਡੀ ਪੱਧਰ ਤੇ ਤਬਾਹ ਹੋ ਰਹੀ ਹੈ। ਇਸ ਦੇ ਨਾਲ ਹੀ ਸਿਮਰਜੀਤ ਸਿੰਘ ਬੈਂਸ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਡੈਮੋਕਰੇਟਿਕ ਅਲਾਈਅੰਸ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ। ਬੈਂਸ ਨੇ ਕਿਹਾ ਕਿ ਉਹ 2022 ਵਿੱਚ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਗੇ ਅਤੇ ਲੋਕਾਂ ਵਿੱਚ ਜਾਣਗੇ। ਹਾਲਾਂਕਿ ਉਹਨਾਂ ਸਾਫ਼ ਕੀਤਾ ਕਿ ਅਜੇ ਇਸ ਸੰਬੰਧੀ ਕੋਈ ਵੀ ਗੱਲਬਾਤ ਨਹੀਂ ਹੋਈ, ਪਰ ਉਹ ਜਲਦੀ ਹੀ ਇਸ ਵਿਸ਼ੇ ਤੇ ਗੱਲਬਾਤ ਕਰਨਗੇ। ਬੈਂਸ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਸਿੱਧੂ ਨੂੰ ਕਾਂਗਰਸ ਦਾ ਹਿੱਸਾ ਨਾ ਬਣਨ ਦੀ ਸਲਾਹ ਦਿੱਤੀ ਸੀ। ਪਾਵਰ ਦੇਤੀ ਨਵਜੋਤ ਸਿੱਧੂ ਨੂੰ, ਪਾਵਰ ਮਿਲੀ ਹੈ, ਪਾਵਰ ਮਿਨਿਸਟਰ ਨਾ ਕਹੋ ਪਾਵਰ ਹੈ, ਕਿਉਂਕਿ ਪੰਜਾਬ ਦੇ ਲੋਕ ਸਭ ਸਮਝਦੇ ਆ ਚੋਰ ਕੌਣ ਆ ਅਤੇ ਸਾਧ ਕੌਣ ਆ, ਬੇਈਮਾਨ ਕੌਣ ਆ, ਇਮਾਨਦਾਰ ਕੌਣ ਆ, ਸੱਚਾ ਕੌਣ ਆ ਅਤੇ ਝੂਠਾ ਕੌਣ ਆ, ਇਹ ਸਭ ਜਾਣਦੇ। ਜੇ ਨਵਜੋਤ ਸਿੱਧੂ ਨੇ ਸੱਚ ਬੋਲਤਾ, ਸੱਚਾਈ ਬੜੀ ਕੜਵੀ ਹੁੰਦੀ ਆ, ਬੋਲਣੀ ਵੀ ਔਖੀ ਹੈ ਅਤੇ ਸੁਣਨੀ ਵੀ ਔਖੀ ਹੈ। ਮੈਂ ਕਹਿੰਦਾ ਹੁਣ ਰਾਜੇ ਵੜਿੰਗ 'ਤੇ ਵੀ ਕਰੇ ਕੈਪਟਨ ਅਮਰਿੰਦਰ ਸਿੰਘ ਕਾਰਵਾਈ, ਕਿਹਦੇ ਕਿਹਦੇ 'ਤੇ ਕੈਪਟਨ ਅਮਰਿੰਦਰ ਸਿੰਘ ਕਾਰਵਾਈ ਕਰਨਗੇ। ਅੱਜ ਤਾਂ ਇੱਕ ਅਨਫੋਰਚੁਨੇਟਲੀ ਹਾਲਾਤ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਇਸ ਕਰਕੇ ਪੋਜ਼ਿਟਿਵ ਹੋ ਗਏ ਕਿਉਂਕਿ ਕਾਂਗਰਸ ਹਾਈਕਮਾਂਡ ਵੀਕ ਹੈ। ਜੇ ਕਾਂਗਰਸ ਹਾਈਕਮਾਂਡ ਵੀਕ ਨਾ ਹੁੰਦੀ ਨਾ, ਲੋਕ ਸਭਾ ਦੇ ਵਿੱਚ ਪਾਵਰ 'ਚ ਕਾਂਗਰਸ ਹਾਈਕਮਾਂਡ ਆ ਜਾਂਦੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਤੈਅ ਸੀ, ਰੀਪਲੇਸ ਹੋ ਗਿਆ ਸੀ ਮੁੱਖ ਮੰਤਰੀ ਦੀ ਕੁਰਸੀ 'ਤੇ, ਬੰਦਾ ਨਵਾਂ ਆ ਜਾਣਾ ਸੀ। ਸੋ ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਪੰਜਾਬ ਦੇ ਅੰਦਰ ਮਾਫੀਆ ਰਨ ਬਾਦਲ ਕਰਦੇ ਸੀ, ਅੱਜ ਉਹ ਸਾਰੇ ਦਾ ਸਾਰਾ ਕੈਪਟਨ ਦੀ ਜੁੰਡਲੀ ਕਰ ਰਹੀ ਹੈ। ਪੰਜਾਬ ਨੂੰ ਬਹੁਤ ਵੱਡੀ ਪੱਧਰ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਦਾ ਆਰਥਿਕਤਾ ਸਾਡੀ ਤਬਾਹ ਹੋ ਰਹੀ ਹੈ, ਬਹੁਤ ਵੱਡਾ ਲੌਸ, ਇਕੱਲਾ ਕਾਂਗਰਸ ਪਾਰਟੀ ਨੂੰ ਨਹੀਂ ਪੰਜਾਬ ਨੂੰ ਵੀ ਲੌਸ ਹੈ। ਨਹੀਂ ਕੈਪ, ਮੈਂ ਜਿਹੜਾ ਲੋਕਾਂ ਦੇ ਅੰਦਰ, ਲੋਕਾਂ ਦੀ ਚਿਹਰੀ ਦੇ ਅੰਦਰ ਪਾਵਰ ਕਹਾਂਗਾ, ਕੈਪਟਨ ਅਮਰਿੰਦਰ ਸਿੰਘ ਜੋ ਮਰਜ਼ੀ ਕਰ ਲੈਣ, ਸੱਚਾਈ ਸੱਚਾਈ ਹੁੰਦੀ ਹੈ। ਅਸੀਂ ਨਵਜੋਤ ਸਿੱਧੂ ਨੂੰ PDA ਵੱਲੋਂ, ਪੰਜਾਬ ਡੈਮੋਕਰੇਟਿਕ ਅਲਾਇੰਸ ਵੱਲੋਂ ਖੁੱਲ੍ਹਾ ਸੱਦਾ ਦਿੰਦੇ ਹਾਂ। ਪਹਿਲਾਂ BJP ਨਾਲ ਨਹੀਂ ਬਣੀ, ਹੁਣ ਕਾਂਗਰਸ ਨਾਲ ਨਹੀਂ ਬਣੀ, ਕਿਉਂਕਿ ਵੱਡੀ ਪੱਧਰ 'ਤੇ ਇਹਨਾਂ ਪਾਰਟੀਆਂ ਦੇ ਅੰਦਰ ਜਿਹੜੇ ਲੋਕ ਨੇ ਉਹ ਕਰਪਟ ਨੇ, ਬਹੁਤ ਘੱਟ ਗਿਣਤੀ ਦੇ ਵਿੱਚ ਇਮਾਨਦਾਰ ਹੈਗੇ। ਸੋ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ, ਵਾਪਸ ਆ ਜਾਓ, 2022 ਦਾ ਤੁਹਾਨੂੰ ਮੁੱਖ ਮੰਤਰੀ ਪੇਸ਼ ਕਰਕੇ ਪੰਜਾਬ ਦੇ ਅੰਦਰ ਦੌਰਾ ਸਟਾਰਟ ਕਰਦੇ ਹਾਂ। ਵਾਅਦੇ ਪੰਜਾਬ ਬਣਾਇਆ ਸੀ ਨਾ, ਮੈਂ ਨਵਜੋਤ ਸਿੱਧੂ ਹੋਰਾਂ ਨੂੰ ਕਹਿ ਕੇ ਥੱਕ ਗਿਆ ਵੀ ਤੁਹਾਡੀ ਬਣਨੀ ਨਹੀਂ, ਬਲੰਡਰ ਕਰ ਰਹੇ ਹੋ, ਗਲਤ ਫੈਸਲਾ ਲੈ ਰਹੇ ਹੋ, ਆ ਜਾਓ ਚੱਲਦੇ ਹਾਂ ਪੰਜਾਬ ਦੇ ਅੰਦਰ, ਪੰਜਾਬੀ ਪਿਆਰ ਕਰਦੇ ਆ ਤੁਹਾਨੂੰ ਅਤੇ ਮੈਨੂੰ ਨਹੀਂ, ਇਮਾਨਦਾਰੀ ਨੂੰ ਪਿਆਰ ਕਰਦੇ ਆ, ਵਰਕਿੰਗ ਸਟਾਈਲ ਨੂੰ ਪਿਆਰ ਕਰਦੇ। ਮੈਂ ਕਹਿ ਰਿਹਾ ਵੀ ਆ ਜਾਣ, ਚਲੋ ਬਾਕੀ ਜੇ ਸਹਿਮਤ ਹੋਣਗੇ, ਮੈਂ ਤਾਂ ਕਿਸੇ ਕਪੈਸਿਟੀ ਦੇ ਵਿੱਚ ਹੀ ਅਨਾਊਂਸਮੈਂਟ ਕਰ ਰਿਹਾ ਨਾ, ਮੈਂ ਐਲਾਨ ਓਪਨ ਅਪੀਲ ਜਿਹੜੀ ਹੈ ਮੈਂ ਕਿਸੇ ਕਪੈਸਿਟੀ 'ਚ ਕੀਤੀ ਹੈ, ਮੈਂ ਫਿਰ ਅਪੀਲ ਕਰਦਾ ਵੀ ਨਵਜੋਤ ਸਿੱਧੂ ਜੀ ਵਾਪਸ ਆ ਜਾਓ, ਦੁੱਲੇ ਵੀਰਾਂ ਦਾ ਕੁਛ ਨਹੀਂ ਵਿਗੜਿਆ, ਸੁਬਾਹ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜਾਏ, ਉਹਨੂੰ ਭੁੱਲਿਆ ਨਹੀਂ ਗਿਣਦੇ, ਆਓ ਵਾਪਸ ਪੰਜਾਬ ਦੇ ਭਲੇ ਵਾਸਤੇ, ਪੰਜਾਬ ਦੇ ਅੰਦਰੋਂ ਲੂਟ ਮਾਫੀਆ ਖਤਮ ਕਰਨ ਵਾਸਤੇ, ਪੰਜਾਬ ਦੇ ਅੰਦਰੋਂ ਰਿਸ਼ਵਤਖੋਰੀ ਖਤਮ ਕਰਨ ਵਾਸਤੇ ਸਿੱਧੂ ਸਾਹਿਬ ਆ ਜਾਓ। ਪੰਜਾਬ ਦੇ ਅੰਦਰ 5-7 ਬੰਦੇ ਹੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ, ਨਹੀਂ ਤਾਂ ਪੰਜਾਬ ਦੀ ਰਾਜਨੀਤੀ ਦੇ ਅੰਦਰ ਬੇੜਾ ਗਰਕ ਹੋਇਆ ਹੋਇਆ। ਸੋ ਅੱਜ ਵੀ ਨਵਜੋਤ ਸਿੱਧੂ ਨੂੰ ਇਹ ਅਪੀਲ ਜਿਹੜੀ ਆ ਮੰਨ ਲੈਣੀ ਚਾਹੀਦੀ ਆ, ਛੱਡ ਕੇ ਬਜ਼ਾਰ 'ਤੇ ਵਾਪਸ ਆ ਜਾਣਾ ਚਾਹੀਦਾ।